ਸਰ ਮੇਰੇ ਨਾਲ ਸੰਗਤ ਲੜੀ ਜਾਂਦੀ ਸੀਗੀ ਕਿ ਬੀਬੀ ਜੀ ਤੁਸੀਂ ਕਿਉਂ ਪ੍ਰੋਗਰਾਮ ਕੈਂਸਲ ਕੀਤਾ। ਮੈਂ ਕਿਹਾ ਮੈਂ ਇਸ ਪ੍ਰੋਗਰਾਮ ਦੀ ਤਿਆਰੀ 'ਚ ਲੱਗੀ ਸੀ ਮੈਂ ਤਾਂ ਕਰਕੇ ਵੀ ਇੱਕ ਉੱਥੇ ਚਲ ਜਾਣਗੇ ਤੁਸੀਂ ਸਾਰੇ ਜਾਓ ਅਤੇ ਮੈਂ ਇੱਥੇ ਦਾ ਪ੍ਰੋਗਰਾਮ ਲਵਾ ਲਾ ਗਈ। ਹਾਲਾਂਕਿ ਮੈਂ ਉਹਨੂੰ ਕਿਹਾ ਕਿ ਮੈਂ ਬਾਅਦ ਵਿੱਚ ਬਣਾਵਾਂਗੀ ਪ੍ਰਾਈਵੇਟ ਤੌਰ ਦੇ ਉੱਤੇ ਅਸੀਂ ਚਲੇ ਜਾਵਾਂਗੇ ਅਤੇ ਮੇਰਾ ਮਨ ਸੀਗਾ ਉੱਥੇ ਕਿਉਂਕਿ ਸਾਡੇ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦਾ ਘਰ ਦੀ ਵੀ ਵੀਡੀਓ ਕਿਸੇ ਨੇ ਭੇਜੀ ਹੈ ਵੀ ਆਹ ਤੁਹਾਡਾ ਉਹ ਘਰ ਹੈ ਉਹ ਅਸਥਾਨ ਹੈ ਮੁਰਾਲੇ ਦਾ ਅਤੇ ਮੇਰੇ ਮਨ ਸੀਗੇ ਮੈਂ ਸਪੈਸ਼ਲ ਜਾ ਕੇ ਸਕਦਾ ਦੇਖ ਕੇ ਆਵਾਂ ਅਤੇ ਉਹਨਾਂ ਦੀ ਮੈਂ ਸੇਵਾ 'ਚ ਜਾ ਕੇ ਕੁਛ ਨਾ ਕੁਛ ਕਰਕੇ ਆਵਾਂ। ਪਰ ਅੱਜ ਤਾਂ ਸਾਡੇ ਨਾਲ ਸਾਹਿਬ ਨਾਲ ਇੱਕ ਬਹੁਤ ਵੱਡਾ ਜ਼ੁਲਮ ਮੈਂ ਕਹਿ ਸਕਦੀ ਹਾਂ ਕਿ ਜਿੱਦਾਂ ਮੈਨੂੰ ਤਾਂ ਓਨਾ ਹੀ ਦੁੱਖ ਹੋ ਰਿਹਾ ਜਿੱਦਾਂ ਕਿਤੇ ਸਾਡੇ ਜਿੱਦਾਂ ਕਤਲ 84 'ਚ ਹੋਏ ਸੀ ਨਾ ਜਿਵੇਂ ਤਾਂ ਉੱਦਾਂ ਦਾ ਹੀ ਕਤਲ ਆਪਣੇ ਆਪ 'ਚ ਲੱਗਣ ਡਿਆ ਮੇਰੀ ਭਾਵਨਾ ਦਾ ਕਤਲ ਹੋਇਆ ਜਾਂ ਸਾਰੀ ਸੰਗਤ ਦਾ ਕਤਲ ਹੋਇਆ। ਦੇਖੋ ਜੀ ਇਹ ਰਿਜ਼ਲਟ ਤਾਂ ਇਹ ਸੰਗਤਾਂ ਹੀ ਸੋਚਣ ਹੁਣ। ਮੈਂ ਇਸ ਟਾਈਮ 'ਤੇ ਕੀ ਕਹਿ ਸਕਦੀ ਹਾਂ, ਮੈਂ ਤਾਂ ਦੁਖੀ ਹਿਰਦੇ ਦੇ ਨਾਲ ਹੀ ਸੰਗਤ ਨੂੰ ਇਹ ਸਾਰੀ ਇਨਫੋਰਮੇਸ਼ਨ ਦੇ ਰਹੀ ਹਾਂ ਕਿਉਂਕਿ ਮੇਰਾ ਮਨ ਬਹੁਤ ਕਦੋਂ ਦੀ ਮੈਂ ਬੈਠੀ ਇਹੀ ਸੋਚੀ ਜਾਂਦੀ ਸੀ। ਮੈਂਬਰ ਸਾਰੇ ਪਰੇਸ਼ਾਨ ਸੀ, ਮੈਨੂੰ ਕਹਿੰਦੇ ਹੁਣ ਕਿੱਦਾਂ ਦੱਸੀਏ। ਮੈਂ ਕਿਹਾ ਇੱਕੋ ਰਸਤਾ ਕਿ ਮੈਂ ਮੀਡੀਆ ਰਾਹੀਂ ਦੱਸ ਦੇਵਾਂ ਸਾਰਿਆਂ ਨੂੰ ਤਾਂ ਜੋ ਸੰਗਤ ਦੇ ਮਨ 'ਚ ਜਿਹੜੀ ਪਰੇਸ਼ਾਨੀ ਤਾਂ ਆਉਣੀ ਆਉਣੀ ਹੈ, ਪਰ ਕਮ ਸੇ ਕਮ ਮੇਰੇ ਵੱਲੋਂ ਇਹ ਉਹਨਾਂ ਕੋਲ ਚਲੀ ਜਾਵੇ, ਖਬਰ ਚੱਲ ਜਾਵੇ ਕਿ ਅੱਜ ਸਾਨੂੰ ਮੌਕੇ 'ਤੇ ਆ ਕੇ ਸਰਕਾਰ ਨੇ ਇਹ ਧੋਖਾ ਦਿੱਤਾ। ਸਾਨੂੰ 2 ਦਿਨ ਪਹਿਲਾਂ ਦੱਸ ਦਿੰਦੇ, ਸਾਨੂੰ ਵੀਜ਼ਾ ਰੋਕ ਦਿੰਦੇ, ਉੱਥੇ ਵੀਜ਼ੇ ਨਾ ਲੈਣ ਦਿੰਦੇ, ਉੱਥੇ ਅੰਬੈਸੀ 'ਚ ਕਹਿ ਦਿੰਦੇ ਕਿ ਵੀਜ਼ੇ ਨਾ ਦਿੱਤੇ ਜਾਣ। ਸਾਡੀ ਸਾਨੂੰ ਸ਼ੱਕ ਹੈ ਵੀ ਉੱਥੋਂ ਇਨਫੋਰਮੇਸ਼ਨ ਇਨਪੁੱਟ ਆ ਰਹੀ ਹੈ, ਕਹਿੰਦੇ ਇਨਪੁੱਟ ਆ ਰਹੀ ਹੈ ਕਿ ਉੱਥੇ ਸਿਕਿਉਰਿਟੀ ਅਤੇ ਸੇਫਟੀ ਦਾ ਖਤਰਾ। ਸਾਰੀ ਗ੍ਰਹਿ ਵਿਭਾਗ ਵੱਲੋਂ ਵੈਰੀਫਿਕੇਸ਼ਨ ਹੋਈ ਹੈ, ਸਾਰੀ ਵੈਰੀਫਿਕੇਸ਼ਨ ਹੋਈ ਹੈ। 124 ਨੂੰ ਉਹਨਾਂ ਨੇ ਬਿਨਾਂ ਵਜ੍ਹਾ ਤੋਂ ਚਲੋ ਵੀਜ਼ਾ ਨਹੀਂ ਮਿਲੇ, ਕੋਈ ਗੱਲ ਨਹੀਂ, ਜਿਹਨਾਂ ਨੂੰ ਵੀਜ਼ਾ ਨਾ ਮਿਲਣ ਉਹਦੇ ਅਸੀਂ ਦੱਸ ਦਿੱਤਾ, ਰਾਤ ਦਾ ਦੱਸ ਦਿੱਤਾ ਵੀ ਤੁਹਾਨੂੰ ਵੀਜ਼ਾ ਨਹੀਂ ਮਿਲੇ। ਪਰ ਹੁਣ ਮੌਕੇ 'ਤੇ ਆ ਕੇ ਵੀਜ਼ੇ ਲੈ ਕੇ ਘਰਾਂ ਨੂੰ ਚਲੇ ਗਏ ਸਾਰੇ। ਹੁਣ ਕੋਈ ਨੂੰ ਪਤਾ ਲੱਗੇਗਾ, ਕੋਈ ਨੂੰ ਨਹੀਂ ਲੱਗੇਗਾ, ਕੋਈ ਰਸਤੇ 'ਚ ਆ ਰਿਹਾ, ਕੋਈ ਕੁਛ ਆ ਰਿਹਾ। ਸੋ ਮੈਂ ਸਾਰਿਆਂ ਕੋਲੋਂ ਮਾਫ਼ੀ ਮੰਗਦੀ ਹਾਂ ਕਿ ਸਾਰਿਆਂ ਨੂੰ ਬਹੁਤ ਵੱਡੀ ਚੋਟ ਵੱਜੇਗੀ, ਸਾਰਿਆਂ ਨੂੰ ਦੁੱਖ ਵੀ ਹੋਏਗਾ, ਸਾਰਿਆਂ ਦੀ ਭਾਵਨਾ ਵੀ ਤੜਪੇਗੀ। ਔਰ ਅੱਜ ਜਿਹੜੇ ਉਹ ਵਾਂਝੇ ਰਹਿਣਗੇ, ਕਈ ਵਾਰੀ ਕੋਈ ਪਹਿਲੀ ਵਾਰੀ ਜਾ ਰਹੇ ਵੀ ਗੁਰਦੁਆਰਿਆਂ ਦੇ ਉੱਥੇ ਜੋ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਸੀ ਉਹ ਪਹਿਲੀ ਵਾਰੀ ਸਾਰਾ ਨਕਸ਼ਾ ਜਿਹੜਾ ਲੈ ਕੇ ਜਾ ਰਹੇ ਦਿਮਾਗ ਦੇ ਵਿੱਚ ਵੀ ਅਸੀਂ ਕਿੱਦਾਂ ਸਾਰਾ ਪ੍ਰੋਗਰਾਮ ਦੇ ਦਿੱਤਾ ਵੀ ਇੱਦਾਂ ਨੂੰ ਸੱਚੇ ਸੌਦੇ ਜਾਓਗੇ, ਇੱਦਾਂ ਨੂੰ ਉਸ ਗੁਰਦੁਆਰੇ 'ਚ ਜਾਓਗੇ ਕਰਤਾਰਪੁਰ ਸਾਹਿਬ ਦਾ। ਔਰ ਕੱਲ੍ਹ ਮੈਨੂੰ ਕਰਤਾਰਪੁਰ ਸਾਹਿਬ ਤੋਂ ਉੱਥੋਂ ਦੇ ਪ੍ਰਬੰਧਕ ਦਾ ਗ੍ਰੰਥ ਸਿੰਘ ਦਾ ਫੋਨ ਆਇਆ ਕਿ ਸਾਡਾ ਸਮਾਨ ਜਿਹੜਾ ਤੁਹਾਨੂੰ ਮੈਂ ਕੀਤਾ ਈਮੇਲ ਉਹ ਵੀ ਬੀਬੀ ਜੀ ਭੇਜ ਦਿਓ। ਸਾਡੇ ਕੋਲ ਉਹਨਾਂ ਨੇ ਵਾਜੇ ਮੰਗੇ ਆ, ਤਪਲੇ ਮੰਗੇ ਆ, ਸਾਡੇ ਕੋਲ ਗੁਟਕਾ ਸਾਹਿਬ ਮੰਗੇ ਆ, ਸੈਂਚੀਆਂ ਮੰਗੀਆਂ, ਅਸੀਂ ਬਹੁਤ ਸਾਰੇ ਸਮਾਨ ਈਵਨ ਬਰਤਨ ਤੱਕ ਵੀ ਉਹਨਾਂ ਨੇ ਸਾਡੇ ਕੋਲ ਮੰਗਿਆ, ਅਸੀਂ ਸਾਰਾ ਸਮਾਨ ਤਿਆਰ ਕੀਤਾ ਕਿ ਸਵੇਰੇ ਅਸੀਂ ਲੈ ਕੇ ਜਾਣ। ਅਤੇ ਸਾਡੇ ਸਾਰੇ ਚਾਹ ਜਿਹੜੇ ਸੀ ਅੱਜ ਵਿੱਚੇ ਰਹਿ ਗਏ। ਸੋ ਮੈਂ ਚਾਹੀਦਾ ਤਾਂ ਇਹ ਸੀ ਕੇਂਦਰ ਸਰਕਾਰ ਸਟਾਫ ਦੇ ਮੌਕੇ ਸਹਿਯੋਗ ਦਿੰਦੀ ਹਾਂਜੀ, ਚਾਹੀਦਾ ਤਾਂ ਇਹ ਸੀਗਾ ਕਿ ਸਗਾ ਉਸ ਸਰਕਾਰ ਨੂੰ ਲਿਖਦੇ ਕਿ ਤੁਸੀਂ ਸਿਕਿਉਰਿਟੀ ਦਾ ਪ੍ਰਬੰਧ ਕਰੋ ਪੂਰਾ, ਵੀ ਸਾਡੇ ਕੋਲ ਸਾਡੇ ਸਾਰੇ ਸ਼ਰਧਾਲੂ ਆ ਰਹੇ ਨੇ, ਮੈਂਬਰਸ ਆ ਰਹੇ ਨੇ, ਸੰਗਤਾਂ ਦੀ ਸਿਕਿਉਰਿਟੀ ਦੀ ਸੇਫਟੀ ਸਗਾ ਉਹਨਾਂ ਨੂੰ ਚਿੱਠੀ ਲਿਖਣੀ ਚਾਹੀਦੀ ਸੀਗੀ। ਸੋ ਹੁਣ ਇਹਦੇ 'ਚ ਮੈਂ ਤਾਂ ਇਨਫੋਰਮ ਹੀ ਕਰ ਸਕਦੀ ਹਾਂ ਜੀ ਹੁਣ ਤਾਂ ਸਾਰਿਆਂ ਨੂੰ। ਇਹ ਵੀ ਸ਼ਾਇਦ ਪਹਿਲੀ ਵਾਰੀ ਹੋਇਆ ਹਾਂਜੀ ਮੌਕੇ 'ਤੇ, ਕਦੀ ਇੱਦਾਂ ਚਿੱਠੀ ਆਈ ਨਹੀਂ ਜੀ। ਮੈਂ ਪਹਿਲਾਂ ਡੀ ਸੀ ਸਾਹਿਬ ਨੂੰ ਆ ਕੇ ਪੁੱਛਿਆ ਵੀ ਕੋਈ ਹੋਰ ਫੋਰਮੈਲਿਟੀ ਤਾਂ ਨਹੀਂ, ਵੀ ਵੀਜ਼ੇ ਆ ਗਏ ਆ, ਕਹਿੰਦੇ ਜੀ ਕੋਈ ਫੋਰਮੈਲਿਟੀ ਨਹੀਂ ਹੁੰਦੀ, ਤੁਸੀਂ ਉੱਥੇ ਆਉਣਾ ਵੈ ਅਤੇ ਅਸੀਂ ਉੱਥੋਂ ਗੇਟ ਖੁਲਾ ਕੇ ਭੇਜ ਦੇਣੇ ਤੁਹਾਨੂੰ। ਅਸੀਂ ਤਾਂ ਅਚਾਨਕ ਹੀ ਮੈਨੂੰ ਕਿਸੇ ਨੇ ਫੋਨ ਕੀਤਾ ਕਿ ਉੱਥੇ ਤੁਹਾਡੀ ਪਰਮਿਸ਼ਨ ਸ਼ਾਇਦ ਨਹੀਂ ਹੋ ਰਹੀ, ਫਿਰ ਅਸੀਂ ਤੁਰੰਤ ਫਿਰ ਮੈਂ ਦੁਬਾਰਾ ਚਿੱਠੀ ਪਾਈ ਹੈ ਆਪ 2:30 ਵਜੇ ਵੀ ਆਹ ਚਿੱਠੀ ਮੈਂ ਦੁਬਾਰਾ ਉਹਨਾਂ ਲਿਖੀ ਕਿ ਉਹ ਜੀ ਦੱਸੋ ਵੀ ਸਾਡੀ ਕੀ ਕੀਤਾ। ਦੁਬਾਰਾ ਜਿਹੜੀ ਚਿੱਠੀ ਫਿਰ ਮੈਂ ਅੱਜ ਹੁਣ ਆ ਕੇ 2:30 ਵਜੇ ਪਾਈ ਵੀ ਸਾਡਾ ਕੀ ਹੈ, ਸਾਨੂੰ ਜਲਦੀ ਦੱਸਿਆ ਜਾਵੇ ਕਿ ਸਾਡੀ ਮਨਜ਼ੂਰੀ ਨਹੀਂ ਪਹੁੰਚੀ। ਸਾਡੇ ਦਿਮਾਗ 'ਚ ਵੀ ਅੱਗੇ ਵੀ ਹਮੇਸ਼ਾ ਇੱਦਾਂ ਹੀ ਹੁੰਦਾ ਕਿ ਚਲੇ ਜਾਂਦੇ ਇੱਥੇ ਵੀਜ਼ੇ ਲੱਗ ਜਾਂਦੇ ਹੈ, ਅਤੇ ਆਹ ਦੁਬਾਰਾ 2:30 ਵਜੇ ਫਿਰ ਮੈਂ ਈਮੇਲ ਕੀਤੀ ਤੋਂ ਕਰਕੇ ਵੀ ਸਾਨੂੰ ਜਲਦੀ ਜਿਹੜਾ ਇਹਦਾ ਜਵਾਬ ਦਿੱਤਾ ਜਾਵੇ। ਫਿਰ ਹੁਣ 6:30 ਵਜੇ ਅੱਜ ਸਾਨੂੰ ਈਮੇਲ ਮਿਲੀ ਹੈ। ਚਲੋ ਉਹ ਤੇ ਹੁਣ ਦੇਖੋ ਜੀ, ਪਹਿਲਾਂ ਤੇ ਮੈਂ ਹੁਣ ਅਸੀਂ ਜਿਹੜਾ ਗੁਰਦਾਸਪੁਰ 'ਚ ਸਾਡਾ ਸਮਾਗਮ ਹੈ ਅਸੀਂ ਉਹਨੂੰ ਕਰਾਂਗੇ, ਅਸੀਂ ਤਾਂ ਨਿੰਦਾ ਹੀ ਕਰ ਸਕਦੇ ਹਾਂ, ਉਹਨਾਂ ਦੀ ਸੋਚ ਮਾੜੀ ਜਿਹੜੀ ਹੈ ਸਿੱਖਾਂ ਵਿਰੋਧੀ ਹੈ ਉਹਦੇ ਵਾਸਤੇ ਅਸੀਂ ਤਾਂ ਦੇਖੋ ਅਸੀਂ ਤਾਂ ਆਪਣੇ ਗੁਰੂ ਘਰ ਲਈ ਤਰ ਵੀ ਸਕਦੇ ਹਾਂ, ਅਸੀਂ ਤਾਂ ਆਪਣੀ ਪੀੜਾ ਹੀ ਜ਼ਾਹਰ ਕਰ ਸਕਦੇ ਹਾਂ ਜੋ ਸਾਡੇ ਨਾਲ ਇੰਨਾ ਵੱਡਾ ਧੱਕਾ ਹੋਇਆ। ਇਹ ਤੋਂ ਵੱਡਾ ਧੱਕਾ ਸ਼ਾਇਦ ਨਾ ਹੋਵੇ। ਹੋ ਸਕਦਾ ਕਿ ਉੱਦਾਂ ਕਿਤੇ ਪਹਿਲਾਂ ਕਹਿ ਦਿੰਦੇ, ਅਸੀਂ ਤਿਆਰੀ ਨਾ ਕੀਤੀ ਹੁੰਦੀ, ਇੰਨੇ ਚਾਹ ਨਾ ਕੀਤੇ ਹੁੰਦੇ, ਇੰਨੇ ਪ੍ਰਬੰਧ ਨਾ ਕੀਤੇ ਹੁੰਦੇ, ਸਾਨੂੰ ਇੰਨਾ ਦੁੱਖ ਵੀ ਨਾ ਹੁੰਦਾ। ਜਾਂ ਪਹਿਲਾਂ ਕਹਿੰਦੇ ਸ਼ਤਾਬਦੀ ਉੱਥੇ ਨਾ ਮਨਾਓ, ਤੁਸੀਂ ਇੱਥੇ ਮਨਾ ਲਓ। ਇਹ ਕਿੰਨੇ ਚਿਰਾਂ ਦੀਆਂ ਤਿਆਰੀਆਂ ਔਰ ਕਿੰਨੇ ਚਿਰ ਦੇ ਮੇਰੇ ਬਿਆਨ ਆ ਰਹੇ ਆ, ਸਭ ਕੁਝ ਆ ਰਿਹਾ। ਪਹਿਲਾਂ ਕਿਹਾ ਜਾ ਸਕਦਾ ਸੀ, ਅਸੀਂ ਲਗਾਤਾਰ ਕਹਿ ਰਹੇ ਹਾਂ ਕਿ ਉੱਥੇ ਜਾ ਕੇ ਅਸੀਂ 400 ਸਾਲਾਂ ਦਾ ਸਮਾਗਮ ਕਰਨਾ, ਉੱਥੇ ਅਸੀਂ ਇਸ ਤਰ੍ਹਾਂ ਕਰਨਾ, 3 ਜਥੇ ਸਾਰੇ ਅਸੀਂ ਬੁਕਿੰਗ ਕਰ ਦਿੱਤੀ ਹੈ ਵੀ ਕਿਹਨੇ ਕਿਹਨੇ ਜਾਣਾ।
ਹੁਣ ਸਾਰੇ ਘਰਾਂ 'ਚ ਪਰੇਸ਼ਾਨ ਹੋਣਗੇ ਜੀ। ਚਲੋ ਜੀ, ਕਰੋਨਾ ਦੇ ਟਾਈਮ ਦੇ ਉੱਤੇ ਤਿੰਨ ਜਥੇ ਨਹੀਂ ਸੀਗੇ ਵਿਸਾਖੀ, ਸਾਰੇ ਪ੍ਰਬੰਧ ਮੁਕੰਮਲ ਹੈ, ਸਾਰੇ ਮੈਂਬਰ ਪਹੁੰਚ ਗਏ ਹੈ, ਸਾਰੇ ਸ਼ਰਧਾਲੂ ਪਹੁੰਚ ਗਏ ਹੈ। ਪਰ ਹੁਣ ਇਸ ਵੇਲੇ ਠੀਕ 6:30 ਵਜੇ ਸਾਨੂੰ ਈਮੇਲ ਆਈ ਹੈ ਕਿ ਤੁਹਾਨੂੰ ਜਿਹੜਾ ਕੱਲ੍ਹ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਰਹੀ, ਜਥੇ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਭਾਰਤ ਸਰਕਾਰ ਵੱਲੋਂ, ਗ੍ਰਹਿ ਵਿਭਾਗ ਵੱਲੋਂ। ਇੰਨਾ ਮਨ ਟੁੱਟਾ ਕਿ ਇੰਨਾ ਵੱਡਾ ਧੱਕਾ, ਸਾਰੇ ਪ੍ਰਬੰਧ ਮੁਕੰਮਲ ਹੋਣ ਅਤੇ ਕਹਿ ਰਹੇ ਹੈ ਕਿ ਉੱਥੇ ਥ੍ਰੈਟਸ ਨੇ, ਜਿਹੜਾ ਜਥਾ ਆਏਗਾ ਉਹਦੀ ਸਿਕਿਉਰਿਟੀ ਜਿਹੜੀ ਹੈ ਉਹਦੀ ਸੇਫਟੀ ਨਹੀਂ ਉੱਥੇ। ਅਜੇ ਨਵੰਬਰ ਵਿੱਚ ਜਾ ਕੇ ਜਥਾ ਹੋ ਕੇ ਆਇਆ, ਉਦੋਂ ਤਾਂ ਸਾਰੀ ਸਿਕਿਉਰਿਟੀ ਸੀ, ਅੱਜ ਸਿਕਿਉਰਿਟੀ ਨੂੰ ਕੀ ਖਤਰਾ ਪੈਦਾ ਹੋ ਗਿਆ? ਜਦੋਂ ਕਿ ਜਿਹੜੇ ਪਾਕਿਸਤਾਨ ਦੇ ਸਾਰੇ ਸਾਡੇ ਪ੍ਰਧਾਨ ਸਾਹਿਬ ਹੈ, ਸਤਵੰਤ ਸਰਦਾਰ ਸਤਵੰਤ ਸਿੰਘ ਜੀ, ਸਾਬਕਾ ਪ੍ਰਧਾਨ ਸਰਦਾਰ ਬਿਸ਼ਨ ਸਿੰਘ ਜੀ, ਲਗਾਤਾਰ ਉਹ ਸਾਡੇ ਨਾਲ ਸੰਪਰਕ ਵਿੱਚ ਹੈ ਔਰ ਉਹ ਕਹਿਣ ਲੱਗੇ, ਉਹਨਾਂ ਨੇ ਪੂਰੀਆਂ ਤਿਆਰੀਆਂ, ਅਸੀਂ 20 ਬੱਸਾਂ ਉੱਥੇ ਯਾਤਰੀਆਂ ਵਾਸਤੇ ਸਵੇਰੇ ਉੱਥੇ ਪਹੁੰਚ ਜਾਣੀਆਂ ਬਾਰਡਰ ਦੇ ਉੱਤੇ, ਕਿਉਂਕਿ ਬੱਸਾਂ ਥਰੂ ਜਾਣਾ ਸੀ ਸਾਰਾ ਜਥਾ। 27 ਲੱਖ ਦੇ ਕਰੀਬ ਖਰਚਾ ਜਿਹੜਾ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਡੀਆਂ ਬੱਸਾਂ ਟਰਾਂਸਪੋਰਟ ਦਾ 27 ਲੱਖ ਰੁਪਈਆ, ਅਸੀਂ ਉਹ ਵੀ ਪ੍ਰਬੰਧ ਜਿਹੜਾ ਉਹ ਕਰ ਦਿੱਤਾ ਕਿ 27 ਲੱਖ ਰੁਪਈਆ ਉਹਨਾਂ ਨੇ ਕਿਹਾ ਕਿ ਸਾਡਾ ਦਿੱਲੀ ਕੋਈ ਹੈਗੇ ਉੱਥੇ ਤੁਸੀਂ ਜਮ੍ਹਾਂ ਕਰਾ ਦਿਓ, ਅਸੀਂ ਉੱਥੋਂ ਲੈ ਲਾਂਗੇ। ਜਿੰਨੇ ਯਾਤਰੂ ਜਾਣੇ ਸੀ, ਜਿੰਨੇ ਸ਼ਰਧਾਲੂ ਜਾਣੇ ਹੈ, 730 ਇਹ ਨਹੀਂ ਕਿ ਇਕੱਲੇ 505, ਜਿੰਨੇ ਵੀ ਭਾਰਤ ਵਿੱਚੋਂ ਸ਼ਰਧਾਲੂ ਜਾਣੇ ਸੀ, ਅਸੀਂ ਸਾਰਿਆਂ ਦਾ ਪ੍ਰਬੰਧ ਕਰ ਦਿੱਤਾ ਕਿ ਸਾਰਾ ਉੱਥੇ ਕਨਵਿੰਸ, ਸਾਰੀ ਟਰਾਂਸਪੋਰਟ ਸਾਂਝੇ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਅਤੇ ਨਾਲ ਅਸੀਂ ਖੁੱਲ੍ਹੀ ਰਾਸ਼ੀ ਦਾ ਪ੍ਰਬੰਧ ਕੀਤਾ ਕਿ ਉੱਥੇ ਜਾ ਕੇ ਬਕਾਇਦਾ ਸਾਰਾ ਹੀ ਖਰਚਾ, ਜਿੰਨਾ ਲੰਗਰਾਂ ਦਾ, ਖੰਡ ਪਾਠ ਸਾਹਿਬ, ਕੀਰਤਨ, 3 ਜਥੇ ਕੀਰਤਨ ਦੇ ਜਾ ਰਹੇ ਹੈ, ਸਿੰਘ ਸਾਹਿਬ ਜੀ ਆਪ ਅਗਵਾਈ ਕਰ ਰਹੇ ਹੈ, ਸਾਰੇ ਪ੍ਰਬੰਧ ਜਦੋਂ ਮੁਕੰਮਲ ਕਰ ਲਏ ਅਤੇ ਹੁਣ ਠੀਕ 6:30 ਵਜੇ ਜਦੋਂ ਅਸੀਂ ਕਿ ਸਾਰੀਆਂ ਤਿਆਰੀਆਂ ਕਰ ਲਈਆਂ ਅਤੇ ਇੰਨਾ ਵੱਡਾ ਸਾਡੇ ਨਾਲ ਇੱਕ ਸਾਡੀਆਂ ਭਾਵਨਾਵਾਂ ਦਾ ਕਤਲ ਹੋਇਆ। ਮੈਂ ਸਮਝਦੀ ਹਾਂ ਕਿ ਇਹ ਧੱਕਾ ਜਿਹੜਾ ਭਾਰਤ ਸਰਕਾਰ ਨੇ ਕੀਤਾ ਸਾਡੇ ਵਾਸਤੇ ਜਿੰਨਾ ਇੱਕ ਮਤਲਬ ਦਿਲ ਤੋੜਨ ਵਾਲਾ ਅਸੀਂ ਮਹਿਸੂਸ ਕਰਦੇ ਹਾਂ ਕਿ ਐਡਾ ਵੱਡਾ ਸਾਡਾ ਸਾਕਾ ਹੋਵੇ, ਐਡੀ ਮਹਾਨ ਸਾਡਾ ਉਹ ਸਮਾਗਮ ਹੋਵੇ, ਇੰਨੇ ਚਾਵਾਂ ਨੂੰ ਅਸੀਂ ਸ਼ਤਾਬਦੀ ਮਨਾ ਰਹੇ ਹੋਈਏ ਅਤੇ ਅੱਜ ਜਿਹੜਾ ਉਹਨਾਂ ਨੇ ਸਾਨੂੰ ਇਹ ਜਵਾਬ ਦਿੱਤਾ ਅਤੇ ਮੇਰੇ ਵਾਸਤੇ ਇੱਕ ਬਹੁਤ ਹੀ, ਮੈਂ ਸਮਝਦੀ ਹਾਂ ਕਿ ਮੇਰੇ ਲਈ ਬੜਾ ਵੱਡਾ ਦਰਦ ਹੈ ਅਤੇ ਮੇਰੇ ਮਨ 'ਚ ਪੀੜਾ ਵੀ ਉੱਭਰ ਰਹੀ ਹੈ। ਸਾਰੇ ਸਾਡੇ ਸਤਿਕਾਰਯੋਗ ਐਗਜੈਕਟਿਵ ਦੇ ਮੈਂਬਰ, ਸਾਰੇ ਮੈਂਬਰ ਆ ਕੇ ਬੈਠੇ ਹੈ ਜਿਨ੍ਹਾਂ ਨੇ ਸਵੇਰੇ ਜਾਣਾ ਸੀਗਾ ਅਤੇ ਅੱਜ ਬਹੁਤ ਸਾਰੇ ਲੋਕ ਜੇ ਰਸਤਿਆਂ 'ਚ ਆ ਰਹੇ ਆ। ਹੁਣ ਸਾਡੇ ਵਾਸਤੇ ਜੇ ਇਹਨਾਂ ਨੇ ਜਵਾਬ ਹੀ ਦੇਣਾ ਸੀ 2 ਦਿਨ ਪਹਿਲਾਂ ਦੇ ਦਿੰਦੇ, 4 ਦਿਨ ਪਹਿਲਾਂ ਦੇ ਦਿੰਦੇ, ਜਾਂ ਉਸ ਸਰਕਾਰ ਨੂੰ ਕਹਿ ਦਿੰਦੇ ਕਿ ਵੀਜ਼ੇ ਨਾ ਦਿੱਤੇ ਜਾਣ। ਵੀਜ਼ੇ ਪਹੁੰਚ ਗਏ ਪਾਕਿਸਤਾਨ ਸਰਕਾਰ ਨੂੰ, ਉਹਨਾਂ ਨੇ ਕੋਈ ਸਾਨੂੰ ਇਤਰਾਜ਼ ਨਹੀਂ ਕੀਤਾ, ਪਾਕਿਸਤਾਨ 'ਚ ਸਾਨੂੰ ਕੋਈ ਪਤਾ ਨਹੀਂ ਲੱਗਾ ਥ੍ਰੈਟਸ ਹੈ, ਅਤੇ ਭਾਰਤ ਸਰਕਾਰ ਨੂੰ ਕਿੱਦਾਂ ਪਤਾ ਲੱਗਿਆ ਵੀ ਉੱਥੇ ਸਾਨੂੰ ਥ੍ਰੈਟਸ ਹੈ? ਸੋ ਮੈਂ ਸਮਝਦੀ ਹਾਂ ਕਿ ਇਹ ਸਾਡੇ ਨਾਲ ਇੱਕ ਭਾਰਤ ਸਰਕਾਰ ਵੱਲੋਂ, ਗ੍ਰਹਿ ਮੰਤਰਾਲੇ ਵੱਲੋਂ ਬਹੁਤ ਵੱਡਾ ਧੱਕਾ ਹੋਇਆ ਕਿ ਸਾਡੇ ਸਾਰੇ ਯਾਤਰੂ ਜਿਹੜੇ ਆ ਇੱਥੇ ਪਹੁੰਚ ਚੁੱਕੇ ਆ, ਪੂਰੀਆਂ ਤਿਆਰੀਆਂ ਹੋ ਗਈਆਂ। ਹੁਣ ਮੈਂ, ਕਿਉਂਕਿ ਮੈਂ ਤੁਹਾਨੂੰ ਤਾਂ ਪ੍ਰੈਸ ਵਾਲੇ ਨੂੰ ਬੁਲਾਇਆ ਕਿ ਇਮੀਜੀਏਟ ਮੈਂ ਦੱਸ ਦੇਵਾਂ ਤਾਂ ਜੋ ਜਿਹੜੇ ਸ਼ਰਧਾਲੂ ਕੋਈ ਰਸਤਿਆਂ 'ਚ ਹੈ ਉਹਨਾਂ ਦੀ ਖੱਜਲ ਖੁਆਰੀ ਨਾ ਹੋਵੇ, ਕਮ ਸੇ ਕਮ ਜਿਹੜੇ ਦੂਰੋਂ ਆ ਰਹੇ ਹੈ ਜਾਂ ਉਹ ਸੁਣ ਲੈਣ ਅਤੇ ਉਹ ਵਾਪਸ ਹੋ ਜਾਣ। ਅਤੇ ਹੁਣ ਇੱਥੇ ਆ ਕੇ ਉਹ ਕੀ ਕਰਨਗੇ? ਜਦੋਂ ਸਵੇਰੇ ਜਥਾ 9 ਵਜੇ ਤੁਰਨਾ ਸੀ, ਸਭ ਨੂੰ ਕਿਹਾ ਸੀ ਵੀ 9 ਵਜੇ ਅਸੀਂ ਸਾਰੇ ਦਫ਼ਤਰ ਇਕੱਠੇ ਹੋਣਾ, ਸਾਰੀਆਂ ਅਸੀਂ ਬੱਸਾਂ ਦੇ ਪ੍ਰਬੰਧ ਕੀਤੇ ਹੈ, ਛੋਟੀਆਂ ਗੱਡੀਆਂ ਦੇ ਪ੍ਰਬੰਧ ਕੀਤੇ ਹੈ, ਹਰ ਚੀਜ਼ ਦਾ ਪ੍ਰਬੰਧ ਇੰਨੇ ਚਾਵਾਂ ਨਾਲ ਕੇਸ ਕੀਤਾ ਕਿ ਕੋਈ ਸਾਨੂੰ ਸੀਗਾ ਕਿ ਨਨਕਾਣਾ ਸਾਹਿਬ ਦਾ ਸਾਕਾ ਸਾਡੇ ਵਾਸਤੇ ਇੱਕ ਬਹੁਤ ਵੱਡੀ ਮਹੱਤਤਾ ਰੱਖਦਾ ਹੈ। ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਿਹਾਸ ਨਾਲ ਜੁੜਿਆ ਹੋਇਆ, ਸਾਡੇ ਗੁਰਦੁਆਰਾ ਸੁਧਾਰ ਲਹਿਰ ਦਾ ਇੱਕ ਬਹੁਤ ਇੰਪੋਰਟੈਂਟ ਜਿਹੜਾ ਹਿੱਸਾ ਸੀ ਜਿੱਥੇ ਕੁਰਬਾਨੀਆਂ ਅਤੇ ਸ਼ਹਾਦਤਾਂ ਹੋਈਆਂ ਸੀ। ਸੋ ਇਹ ਰੋਕਣਾ ਮੈਨੂੰ ਸਮਝ ਨਹੀਂ ਆਈ ਕਿ ਭਾਰਤ ਸਰਕਾਰ ਦੇ ਵਿੱਚ ਕੀ ਨੀਅਤ ਹੈ, ਕਿਉਂ ਰੋਕਿਆ ਗਿਆ, ਇਸ ਗੱਲ ਦੀ ਸਾਨੂੰ ਚਿੰਤਾ ਵੀ ਲੱਗੀ। ਮੇਲ 'ਚ ਕੋਈ ਕਾਰਨ ਦੱਸੇਗਾ? ਕਾਰਨ ਤਾਂ ਜੀ ਤੁਹਾਨੂੰ ਅਸੀਂ ਮੇਲ 'ਚ ਵੀ ਦੇ ਦਿੰਦੇ ਹਾਂ, ਕਾਪੀਆਂ ਮੈਂ ਕਰਾ ਲਈਆਂ ਕਿ ਜਿਹੜਾ ਉਹਨਾਂ ਨੇ ਰਿਫਿਊਜ਼ ਕੀਤਾ ਕਿ ਇਹੀ ਕਿਹਾ ਕਿ ਸਿਕਿਉਰਿਟੀ ਅਤੇ ਸੇਫਟੀ ਜਿਹੜੀ ਹੈ ਉੱਥੇ ਜਥੇ ਦੀ ਨਹੀਂ। ਇਹੀ ਤਾਂ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਉਹਨਾਂ ਨੇ ਤਾਂ ਕਿਹਾ ਹੀ ਨਹੀਂ ਸਾਡੇ ਲਈ ਕੋਈ ਖਤਰਾ, ਸਾਨੂੰ ਤਾਂ ਜੇ ਸੁਰੱਖਿਆ ਦੀ ਗੱਲ ਹੋਵੇ ਉਹਨਾਂ ਨੇ ਬਕਾਇਦਾ ਕਿਹਾ ਕਿ ਸਾਰੇ ਪ੍ਰਬੰਧ ਤੁਹਾਡੇ ਕੀਤੇ ਗਏ ਆ, ਸਾਰੀ ਟਰਾਂਸਪੋਰਟ ਦਾ ਪ੍ਰਬੰਧ ਕਰ ਦਿੱਤਾ ਗਿਆ, ਕਿਸੇ ਕਿਸਮ ਦੀ ਅੱਜ ਤੱਕ ਉਹਨਾਂ ਨੇ, ਹੁਣ ਵੀ ਮੈਨੂੰ ਟੈਲੀਫੋਨ ਆਇਆ ਕਿ ਬੀਬੀ ਸਵੇਰੇ ਕਿੰਨੇ ਵਜੇ ਜਥਾ ਤੁਰਨਾ, ਸਾਰੇ ਅਸੀਂ ਪ੍ਰਬੰਧ ਕਰ ਲਏ, ਗੱਡੀਆਂ ਅਸੀਂ 20 ਗੱਡੀਆਂ ਦਾ ਇੰਤਜ਼ਾਮ, 20 ਬੱਸਾਂ ਦਾ ਉਹਨੇ ਇੰਤਜ਼ਾਮ ਕਰਤਾ ਔਰ ਕਿੰਨਾ ਕਿਰਾਇਆ ਜਮ੍ਹਾਂ ਕਰਾਉਣਾ ਹਰ ਚੀਜ਼ ਅਸੀਂ ਕਰਕੇ, ਹੁਣੇ ਦੁਪਹਿਰ ਆਉਂਦਿਆਂ ਸਾਰ ਪਹਿਲਾਂ ਸਵੇਰੇ ਮੈਂ ਸਾਰੇ ਕਿਰਾਏ ਪੈਸੇ ਜਮ੍ਹਾਂ ਕਰਾਉਣ ਵਾਸਤੇ ਕਢਾ ਕੇ ਇੱਥੋਂ ਕਿ ਕਿੱਥੇ ਭੇਜਣੇ ਆ, ਕੀ ਕਰਨਾ, ਕਿਉਂਕਿ ਅਸੀਂ ਉਹ ਕਹਿਣ ਲੱਗੇ ਕਿ ਤੁਸੀਂ ਬੈਂਕ ਦੇ ਥਰੂ ਉੱਥੇ ਭੇਜ ਨਹੀਂ ਸਕਦੇ, ਕਿਸ ਢੰਗ ਨਾਲ ਭੇਜਣੇ ਆ, ਉਹ ਸਾਰਾ ਅਸੀਂ ਪ੍ਰਬੰਧ ਕਰ ਰਹੇ ਸੀ। ਸੋ ਇੱਕਦਮ ਮਤਲਬ ਸ਼ੇਕਿੰਗ ਨਿਊਜ਼ ਸਾਨੂੰ ਮਿਲੀ। ਮਨਸ਼ਾ ਕੀ ਨਜ਼ਰ ਆ ਰਹੀ ਸਰਕਾਰ ਦੀ, ਕਿਉਂ ਰੋਕੇ? ਪਤਾ ਨਹੀਂ ਜੀ ਕਿਉਂ,
ਮੈਨੂੰ ਤਾਂ ਸਮਝ ਨਹੀਂ ਆ ਰਿਹਾ ਕੀ ਕਹਿ ਸਕਦੇ ਹਾਂ ਜੀ, ਇੱਕ ਸਿੱਖ ਵਿਰੋਧੀ ਸੋਚ ਕਹਿ ਲਓ ਜਾਂ ਸਾਡੇ ਉਹਨਾਂ ਮਹਾਨ ਸ਼ਹੀਦਾਂ ਦੇ ਇਤਿਹਾਸ ਤੋਂ ਅਸੀਂ ਲੋਕਾਂ ਨੂੰ ਜਾਣੂ ਕਰਾਉਣਾ ਸੀਗਾ ਕਿ ਸ਼ਹਾਦਤਾਂ ਕਿਉਂ ਹੋਈਆਂ, ਕਿਸ ਤਰ੍ਹਾਂ ਗੁਰਦੁਆਰਾ ਸੁਧਾਰ ਲਹਿਰ ਚੱਲੀ, ਕਿਸ ਤਰ੍ਹਾਂ ਸਾਡਾ ਇਤਿਹਾਸ ਜਿਹੜਾ ਸੀ ਇਹ ਗੌਰਵਮਈ ਬਣਿਆ। ਅਸੀਂ ਤਾਂ ਇਹੀ ਕਹਿਣਾ ਸੀ ਜੀ, ਹੋਰ ਇੱਥੇ ਕੀ ਕਰਨਾ ਸੀ? ਧਾਰਮਿਕ ਭਾਵਨਾਵਾਂ ਦੀ ਆਂਦੇ ਧਾਰਮਿਕ ਭਾਵਨਾਵਾਂ ਨੂੰ ਹਿਸਾਬ ਨਾਲ ਸਾਡੀਆਂ ਨੂੰ ਕਤਲ ਕੀਤਾ ਨਾ, ਕਿਉਂਕਿ ਜੀ ਪਾਕਿਸਤਾਨ ਸਾਡੇ ਵਾਸਤੇ ਸਭ ਤੋਂ ਜੇ ਅੱਜ ਦੁਖਦਾਈ ਸਮਾਂ ਮੈਂ ਮਹਿਸੂਸ ਕਰ ਰਹੀ ਹਾਂ ਨਾ ਜੀ, ਉਹ ਅੱਜ ਹੈ। ਪਾਕਿਸਤਾਨ ਸਰਕਾਰ ਇਸ ਸ਼ਤਾਬਦੀ ਨੂੰ ਆਪ ਮਨਾਉਣ ਲਈ ਅੱਗੇ ਹੋਈ ਹੈ, ਨਾ ਭਾਰਤ ਸਰਕਾਰ ਤੇ ਨਾ ਹੀ ਪੰਜਾਬ ਸਰਕਾਰ ਇਸ ਸ਼ਤਾਬਦੀ ਨੂੰ ਮਨਾਉਣ ਦੇ ਲਈ ਅੱਗੇ ਆਈ ਆ, ਫਿਰ ਵੀ ਇਹਨਾਂ ਸਿੱਖ ਜਥੇਬੰਦੀਆਂ ਨੂੰ ਸ਼ਤਾਬਦੀ ਮਨਾਉਣ ਦੇ ਲਈ ਰੋਕ ਦਿੱਤਾ ਭਾਰਤ ਸਰਕਾਰ ਨੇ, ਕਿਹੋ ਜਿਹੀ ਨੀਅਤ ਹੈ ਜੀ ਭਾਰਤ ਸਰਕਾਰ ਦੀ? ਨੀਅਤ ਦਿਸਦੀ, ਰੋਕਣ ਤੋਂ ਹੀ ਦਿਸਦੀ ਹੈ ਵੀ ਉਹਨਾਂ ਦੀ ਸਾਡੇ ਐਂਟੀ ਨੀਅਤ ਹੈ। ਇਹਦੇ ਜਵਾਬ ਕੀ ਕਹਿ ਸਕਦੇ? ਪ੍ਰਧਾਨ ਮੰਤਰੀ ਨੂੰ ਕੋਈ ਪੱਤਰ ਲਿਖ ਰਹੇ ਹੋ? ਮੈਂ ਗੱਲ ਨਹੀਂ ਹੋ ਮਨਾਉਣੀ ਹੋਵੇ, ਅਸੀਂ ਆਪਣੇ ਇਤਿਹਾਸ ਨੂੰ ਫਰੋਲਣਾ ਸੀ, ਆਪਣੇ ਇਤਿਹਾਸ ਤੋਂ ਲੋਕਾਂ ਨੂੰ ਸੇਧ ਦੇਣੀ ਸੀ। ਮੈਂ ਜਿੱਥੇ ਬੋਲ ਰਹੀ ਹਾਂ ਨਨਕਾਣਾ ਸਾਹਿਬ ਦੇ ਸਾਕੇ ਬਾਰੇ, ਕੱਲ੍ਹ ਮੈਂ GNE ਦੇ ਵਿੱਚ ਮਨਾਇਆ, ਮੇਰਾ ਖਿਆਲ ਹੈ ਕਿ GNE ਕਾਲਜ ਦੇ ਸਾਰਾ ਸਟਾਫ ਮੈਂਬਰ ਜਿਹੜੇ ਸੀ, ਸਕੂਲਾਂ ਦੇ ਸਾਰੇ ਸਟੂਡੈਂਟਸ ਇੰਨੇ ਇਮੋਸ਼ਨਲ ਸੀਗੇ ਕਿ ਉਹਨਾਂ ਦਾ ਮਨ ਇਸ ਤਰ੍ਹਾਂ ਲੱਗ ਰਿਹਾ ਸੀ ਅਸੀਂ ਨਨਕਾਣਾ ਸਾਹਿਬ ਬੈਠੇ। ਦੇਖੋ ਸਾਡੀਆਂ ਕੋਈ ਭਾਵਨਾਵਾਂ ਜੁੜੀਆਂ ਨੇ, ਅਸੀਂ ਹਰ ਸਾਲ ਜਾਂਦੇ ਹਾਂ, ਅਪ੍ਰੈਲ 'ਚ ਫਿਰ ਜਥਾ ਜਾਣਾ ਸਾਡਾ, ਇਹਦਾ ਮਤਲਬ ਵੀ ਅਪ੍ਰੈਲ ਵਿੱਚ ਵੀ ਇਹ ਕੋਈ ਸ਼ੰਕਾ ਹੋ ਜੂਗਾ, ਅਪ੍ਰੈਲ 'ਚ ਫਿਰ ਵੱਡਾ ਜਥਾ ਜਾਣਾ। ਇਹ ਸਪੈਸ਼ਲ ਜਥੇ ਨੂੰ ਉਹਨਾਂ ਨੇ ਪ੍ਰਵਾਨਗੀ ਕਿਉਂ ਨਹੀਂ ਦਿੱਤੀ? ਹੁਣ ਕੀ ਪ੍ਰੋਬਲਮ ਸੀ? ਜੇ ਨਵੰਬਰ 'ਚ ਜਾ ਸਕਦਾ ਸੀ, ਅਪ੍ਰੈਲ 'ਚ ਵੀ ਜਾਣਾ ਹੈ, ਉਦੋਂ ਵੀ ਜਾਣਾ ਵਿਸਾਖੀ 'ਤੇ, ਅਤੇ ਇਸ ਜਥੇ ਨੂੰ ਕਿਉਂ ਨਹੀਂ ਪ੍ਰਵਾਨਗੀ ਦਿੱਤੀ? ਮੈਨੂੰ ਇਸ ਗੱਲ ਦੀ, ਮੇਰਾ ਆਪਣੇ ਦਿਮਾਗ ਦੇ ਉੱਤੇ ਬੜਾ ਬੋਝ ਹੈ ਵੀ ਕਾਰਨ ਕੀ ਬਣਿਆ। ਮੈਂ ਸਿਰਫ ਤੁਹਾਨੂੰ ਕਿਉਂਕਿ ਸੂਚਿਤ ਕਰਨ ਲਈ ਸੰਗਤ ਨੂੰ, ਮੇਰਾ ਫਰਜ਼ ਬਣਦਾ ਸੀ ਕਿ ਮੈਂ ਹੁਣ ਦੱਸ ਦੇਵਾਂ ਤਾਂ ਜੋ ਸੰਗਤ ਜਿਹੜੀ ਆਪਣਾ ਮਨ ਬਣਾ ਕੇ ਆਈ ਹੈ, ਕੱਪੜੇ ਲੀੜੇ ਲੈ ਕੇ ਸਾਰੇ ਪਹੁੰਚ ਗਏ ਹੈ, ਕਿੱਡੀ ਕਿੱਡੀ ਦੂਰੋਂ ਗੁਜਰਾਤ ਤੋਂ ਪਹੁੰਚ ਗਏ ਹੈ, ਹਰਿਆਣੇ 'ਚੋਂ ਆ ਰਹੇ ਹੈ, ਕਿੱਡਾ ਦਿਲ ਟੁੱਟੇਗਾ ਉਹਨਾਂ ਦਾ, ਕਿਵੇਂ ਭਾਰਤ ਸਰਕਾਰ 'ਤੇ ਵਿਸ਼ਵਾਸ ਬਣੇਗਾ, ਕਿਵੇਂ ਅਸੀਂ ਉਹਨਾਂ ਨੂੰ ਆਪਣੇ ਸਮਝਾਂਗੇ? ਅੱਜ ਤਾਂ ਉਹਨਾਂ ਦੇ ਹਿਸਾਬ ਨਾਲ ਸਾਡੇ ਬਿਲਕੁਲ ਹੀ ਮੌਕੇ 'ਤੇ ਆ ਕੇ ਸਾਡੀਆਂ ਭਾਵਨਾਵਾਂ ਦੇ ਉੱਤੇ ਇਹ